ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰੌਂਕੇ ਦੇ ਵੱਲੋਂ ਹੁਣ ਹਾਈ ਕੋਰਟ ਦੇ ਵਿੱਚ ਦੂਸਰੀ ਵਾਰ ਆਪਣੀ NSA ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਸਦਾ ਕਹਿਣਾ ਹੈ ਕਿ ਰਾਜਨੀਤਿਕ ਕਾਰਨਾਂ ਦੇ ਕਰਕੇ ਉਸ ਦੇ ਉੱਤੇ ਦੂਸਰੀ ਵਾਰ NSA ਲਗਾਈ ਗਈ ਹੈ। ਤਾਂ ਇਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਵੀ ਜੋ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਡਿਬਰੂਗੜ੍ਹ ਦੇ ਜੇਲ੍ਹ ਸੁਪਰੀਡੈਂਟ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰੌਂਕੇ ਦੇ ਨਾਲ ਸੰਬੰਧੀ ਸਾਹਮਣੇ ਆ ਰਹੀ ਹੈ, ਜਿਸ ਦੇ ਵੱਲੋਂ ਦੁਬਾਰਾ ਤੋਂ ਹਾਈ ਕੋਰਟ ਦੇ ਵਿੱਚ ਆਪਣੀ NSA ਨੂੰ ਚੁਣੌਤੀ ਦਿੱਤੀ ਗਈ ਹੈ। ਦੱਸ ਦਈਏ ਕਿ ਮਾਰਚ 2023 ਦੇ ਵਿੱਚ ਕੁਲਵੰਤ ਸਿੰਘ ਰੌਂਕੇ ਨੂੰ ਪਹਿਲੀ ਵਾਰੀ ਗ੍ਰਿਫਤਾਰ ਕੀਤਾ ਗਿਆ ਸੀ NSA ਦੇ ਤਹਿਤ, ਅਤੇ ਫਿਰ ਜਦੋਂ ਇਸ ਵਾਰੀ ਮਾਰਚ ਦੇ ਵਿੱਚ ਇੱਕ ਸਾਲ ਪੂਰੇ ਹੋ ਗਏ ਤਾਂ ਦੂਸਰੀ ਵਾਰ ਉਸਦੇ ਉੱਤੇ NSA ਲਗਾਈ ਗਈ ਹੈ। ਤਾਂ ਇਸ NSA ਨੂੰ ਹੁਣ ਮੁੜ ਤੋਂ ਉਸਦੇ ਵੱਲੋਂ ਚੁਣੌਤੀ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ, ਜਿਸ ਦੇ ਵਿੱਚ ਉਸਦਾ ਕਹਿਣਾ ਹੈ ਕਿ ਉਸਦੇ ਉੱਤੇ ਰਾਜਨੀਤਿਕ ਕਾਰਨਾਂ ਕਰਕੇ ਦੁਬਾਰਾ ਤੋਂ ਇਹ NSA ਲਗਾਈ ਗਈ ਹੈ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ, ਗੁਰਮੀਤ ਸਿੰਘ ਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ 'ਤੇ ਵੀ ਦੂਜੀ ਵਾਰੀ NSA ਲਗਾਈ ਗਈ ਹੈ, ਅਤੇ ਹੁਣ ਇਸ ਨੂੰ ਚੁਣੌਤੀ ਜੋ ਹੈ ਉਹ ਕੁਲਵੰਤ ਸਿੰਘ ਰੌਂਕੇ ਦੇ ਵੱਲੋਂ ਦਿੱਤੀ ਗਈ ਹੈ। ਤਾਂ ਕੁਲਵੰਤ ਸਿੰਘ ਰੌਂਕੇ ਦੇ ਜੋ ਵਕੀਲ ਨੇ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੁਣ ਉਹ ਬਰਨਾਲਾ ਤੋਂ ਖਾਲੀ ਹੋਈ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਵੀ ਤਿਆਰੀ ਕਰ ਰਹੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੰਮ੍ਰਿਤਪਾਲ ਸਿੰਘ ਦੇ ਸਾਥੀ ਦੇ ਨਾਲ ਸੰਬੰਧੀ ਹੈ। ਕੁਲਵੰਤ ਸਿੰਘ ਰੌਂਕੇ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਆਪਣੀ NSA ਨੂੰ ਚੁਣੌਤੀ ਦਿੱਤੀ ਗਈ ਹੈ, ਅਤੇ ਨਾਲ ਹੀ ਇਹ ਵੀ ਚਰਚਾਵਾਂ ਨੇ ਕਿ ਕੁਲਵੰਤ ਸਿੰਘ ਰੌਂਕੇ ਬਰਨਾਲਾ ਵਿਧਾਨ ਸਭਾ ਸੀਟ ਤੋਂ ਚੋਣ ਵੀ ਲੜ ਸਕਦੇ ਨੇ। ਹਾਲਾਂਕਿ ਜੇਕਰ ਹਾਲ ਹੀ ਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਦੇ ਘਰ NIA ਦੇ ਵੱਲੋਂ ਰੇਡ ਕੀਤੀ ਗਈ ਸੀ, ਉਹਨਾਂ ਦੇ ਚਾਹੇ ਜੀਜਾ ਹੋਣ ਚਾਹੇ ਉਹਨਾਂ ਦੇ ਚਾਚਾ, ਉਹਨਾਂ ਦੇ ਘਰ ਦੇ ਉੱਤੇ ਵੀ NIA ਦੇ ਅਧਿਕਾਰੀ ਪਹੁੰਚੇ ਸੀ ਅਤੇ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਸੀ। ਪਰ ਹੁਣ ਇਸੀ ਵਿਚਕਾਰ ਇੱਕ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਕੁਲਵੰਤ ਸਿੰਘ ਰੌਂਕੇ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, NSA ਉਹਨਾਂ ਦੇ ਉੱਤੇ ਦੂਸਰੀ ਵਾਰ ਲਗਾਈ ਗਈ ਹੈ, ਅਤੇ ਇਸ ਦੂਸਰੀ ਵਾਰ ਜੋ NSA ਲਗਾਈ ਗਈ ਹੈ ਇਸ ਨੂੰ ਚੁਣੌਤੀ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ, ਜਿਸ ਦੇ ਵਿੱਚ ਕਾਰਨ ਦਿੱਤਾ ਕਿ ਰਾਜਨੀਤਿਕ ਕਾਰਨਾਂ ਦੇ ਕਰਕੇ ਉਸ ਦੇ ਉੱਤੇ ਦੂਸਰੀ ਵਾਰੀ ਇਹ NSA ਲਗਾਈ ਗਈ ਹੈ। ਤਾਂ ਇਸ ਸਭ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਵੀ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਡਿਬਰੂਗੜ੍ਹ ਦੇ ਜੇਲ੍ਹ ਦੇ ਜੋ ਸੁਪਰੀਡੈਂਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰੌਂਕੇ ਦੇ ਵੱਲੋਂ ਹੁਣ ਹਾਈ ਕੋਰਟ ਦੇ ਵਿੱਚ ਦੂਸਰੀ ਵਾਰ ਆਪਣੀ NSA ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਸਦਾ ਕਹਿਣਾ ਹੈ ਕਿ ਰਾਜਨੀਤਿਕ ਕਾਰਨਾਂ ਦੇ ਕਰਕੇ ਉਸਦੇ ਉੱਤੇ ਦੂਸਰੀ ਵਾਰ NSA ਲਗਾਈ ਗਈ ਹੈ। ਤਾਂ ਇਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਵੀ ਜੋ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਡਿਬਰੂਗੜ੍ਹ ਦੇ ਜੇਲ੍ਹ ਸੁਪਰੀਡੈਂਟ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰੌਂਕੇ ਦੇ ਨਾਲ ਸੰਬੰਧੀ ਸਾਹਮਣੇ ਆ ਰਹੀ ਹੈ, ਜਿਸ ਦੇ ਵੱਲੋਂ ਦੁਬਾਰਾ ਤੋਂ ਹਾਈ ਕੋਰਟ ਦੇ ਵਿੱਚ ਆਪਣੀ NSA ਨੂੰ ਚੁਣੌਤੀ ਦਿੱਤੀ ਗਈ ਹੈ। ਦੱਸ ਦਈਏ ਕਿ ਮਾਰਚ 2023 ਦੇ ਵਿੱਚ ਕੁਲਵੰਤ ਸਿੰਘ ਰੌਂਕੇ ਨੂੰ ਪਹਿਲੀ ਵਾਰੀ ਗ੍ਰਿਫਤਾਰ ਕੀਤਾ ਗਿਆ ਸੀ NSA ਦੇ ਤਹਿਤ, ਅਤੇ ਫਿਰ ਜਦੋਂ ਇਸ ਵਾਰੀ ਮਾਰਚ ਦੇ ਵਿੱਚ ਇੱਕ ਸਾਲ ਪੂਰੇ ਹੋ ਗਏ ਤਾਂ ਦੂਸਰੀ ਵਾਰ ਉਸਦੇ ਉੱਤੇ NSA ਲਗਾਈ ਗਈ ਹੈ। ਤਾਂ ਇਸ NSA ਨੂੰ ਹੁਣ ਮੁੜ ਤੋਂ ਉਸਦੇ ਵੱਲੋਂ ਚੁਣੌਤੀ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ, ਜਿਸ ਦੇ ਵਿੱਚ ਉਸਦਾ ਕਹਿਣਾ ਹੈ ਕਿ ਉਸਦੇ ਉੱਤੇ ਰਾਜਨੀਤਿਕ ਕਾਰਨਾਂ ਕਰਕੇ ਦੁਬਾਰਾ ਤੋਂ ਇਹ NSA ਲਗਾਈ ਗਈ ਹੈ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ, ਗੁਰਮੀਤ ਸਿੰਘ ਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ 'ਤੇ ਵੀ ਦੂਜੀ ਵਾਰੀ NSA ਲਗਾਈ ਗਈ ਹੈ, ਅਤੇ ਹੁਣ ਇਸ ਨੂੰ ਚੁਣੌਤੀ ਜੋ ਹੈ ਉਹ ਕੁਲਵੰਤ ਸਿੰਘ ਰੌਂਕੇ ਦੇ ਵੱਲੋਂ ਦਿੱਤੀ ਗਈ ਹੈ। ਤਾਂ ਕੁਲਵੰਤ ਸਿੰਘ ਰੌਂਕੇ ਦੇ ਜੋ ਵਕੀਲ ਨੇ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੁਣ ਉਹ ਬਰਨਾਲਾ ਤੋਂ ਖਾਲੀ ਹੋਈ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਵੀ
ਤਿਆਰੀ ਕਰ ਰਹੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੰਮ੍ਰਿਤਪਾਲ ਸਿੰਘ ਦੇ ਸਾਥੀ ਦੇ ਨਾਲ ਸੰਬੰਧੀ ਹੈ। ਕੁਲਵੰਤ ਸਿੰਘ ਰੌਂਕੇ ਦੇ ਵੱਲੋਂ ਹਾਈਕੋਰਟ ਦੇ ਵਿੱਚ ਆਪਣੀ NSA ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਨਾਲ ਹੀ ਇਹ ਵੀ ਚਰਚਾਵਾਂ ਨੇ ਕਿ ਕੁਲਵੰਤ ਸਿੰਘ ਰੌਂਕੇ ਬਰਨਾਲਾ ਵਿਧਾਨ ਸਭਾ ਸੀਟ ਤੋਂ ਚੋਣ ਵੀ ਲੜ ਸਕਦੇ ਨੇ। ਹਾਲਾਂਕਿ ਜੇਕਰ ਹਾਲ ਹੀ ਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਦੇ ਘਰ NIA ਦੇ ਵੱਲੋਂ ਰੇਡ ਕੀਤੀ ਗਈ ਸੀ। ਉਹਨਾਂ ਦੇ ਚਾਹੇ ਜੀਜਾ ਹੋਣ, ਚਾਹੇ ਉਹਨਾਂ ਦੇ ਚਾਚਾ, ਉਹਨਾਂ ਦੇ ਘਰ ਦੇ ਉੱਤੇ ਵੀ NIA ਦੇ ਅਧਿਕਾਰੀ ਪਹੁੰਚੇ ਸੀ ਅਤੇ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਸੀ। ਪਰ ਹੁਣ ਇਸੀ ਵਿਚਕਾਰ ਇੱਕ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਕੁਲਵੰਤ ਸਿੰਘ ਰੌਂਕੇ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, NSA ਉਹਨਾਂ ਦੇ ਉੱਤੇ ਦੂਸਰੀ ਵਾਰ ਲਗਾਈ ਗਈ ਹੈ ਅਤੇ ਇਸ ਦੂਸਰੀ ਵਾਰ ਜੋ NSA ਲਗਾਈ ਗਈ ਹੈ ਇਸ ਨੂੰ ਚੁਣੌਤੀ ਹਾਈਕੋਰਟ ਦੇ ਵਿੱਚ ਦਿੱਤੀ ਗਈ ਹੈ, ਜਿਸ ਦੇ ਵਿੱਚ ਕਾਰਨ ਦਿੱਤਾ ਕਿ ਰਾਜਨੀਤਿਕ ਕਾਰਨਾਂ ਦੇ ਕਰਕੇ ਉਸ ਦੇ ਉੱਤੇ ਦੂਸਰੀ ਵਾਰੀ ਇਹ NSA ਲਗਾਈ ਗਈ ਹੈ। ਤਾਂ ਇਸ ਸਭ ਤੋਂ ਬਾਅਦ ਹੁਣ ਹਾਈਕੋਰਟ ਦੇ ਵੱਲੋਂ ਵੀ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਡਿਬਰੂਗੜ੍ਹ ਦੇ ਜੇਲ੍ਹ ਦੇ ਜੋ ਸੁਪਰੀਡੈਂਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ।